ਵਿਜੀਲੈਂਸ ਵਿਭਾਗ ਦੇ ਵੱਲੋਂ ਲੁਧਿਆਣਾ ਪੁਲਿਸ ਦੇ ਇੱਕ ਐਸਆਈ ਨੂੰ ਕਰੀਬ 10,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਏ। ਕਾਬੂ ਕੀਤਾ ਗਿਆ ਦੋਸ਼ੀ ਐਸਆਈ ਥਾਣਾ ਸ਼ਿਮਲਾਪੁਰੀ ਵਿੱਚ ਤੈਨਾਤ ਸੀ। ਵਿਜੀਲੈਂਸ ਵਿਭਾਗ ਦੀ ਜਾਣਕਾਰੀ ਮੁਤਾਬਿਕ ਸ਼ਿਕਾਇਤਕਰਤਾ ਭਾਨ ਸਿੰਘ ਦੇ ਲੜਕੇ ਜਸਵਿੰਦਰ ਸਿੰਘ ਜੱਸੀ ਅਤੇ ਉਸਦੇ ਦੋਸਤਾਂ ਦੇ ਖਿਲਾਫ ਥਾਣਾ ਸ਼ਿਮਲਾਪੁਰੀ ਵਿਖੇ ਮਾਮਲਾ ਦਰਜ ਏ, ਜੋ ਕਿ ਹਜੇ ਰਿਮਾਂਡ ਤੇ ਚੱਲ ਰਿਹਾ ਏ। ਦੋਸ਼ੀ ਐਸਆਈ ਹਰਦੀਪ ਸਿੰਘ ਨੇ ਜਸਵਿੰਦਰ ਸਿੰਘ ਜੱਸੀ ਦਾ ਰਿਮਾਂਡ ਨਾ ਵਧਾਉਣ, ਥਾਣੇ ਵਿੱਚ ਉਸ ਨਾਲ ਮਾਰਕੁੱਟ ਨਾ ਕਰਨ ਦੀ ਗੱਲ ਕਹਿ ਕੇ ਉਸਦੇ ਮਾਪਿਆਂ ਤੋਂ 15,000 ਰੁਪਏ ਦੀ ਮੰਗ ਕੀਤੀ ਸੀ ਅਤੇ 10,000 ਵਿੱਚ ਗੱਲ ਤੈਅ ਹੋ ਗਈ ਸੀ। ਇਸ ਦੌਰਾਨ ਲੁਧਿਆਣਾ ਵਿਜੀਲੈਂਸ ਵਿਭਾਗ ਨੇ ਸ਼ਿਕਾਇਤ ਦੇ ਆਧਾਰ ਤੇ ਐਸਆਈ ਹਰਦੀਪ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ। ਜੀ, ਇਹ ਭਾਨ ਸਿੰਘ ਪੁੱਤਰ ਜੋਰਾ ਸਿੰਘ, ਜਿਹੜਾ ਗੋਬਿੰਦ ਨਗਰ ਲੁਧਿਆਣਾ ਦਾ ਰਹਿਣ ਵਾਲਾ ਹੈ, ਉਸਨੇ ਕੱਲ ਸਾਡੇ ਕੋਲ ਆ ਕੇ ਇੱਕ ਸ਼ਿਕਾਇਤ ਕੀਤੀ ਸੀ ਬਈ ਇੱਕ ਜਿਹੜਾ ਇੱਥੇ ਉਹਦਾ ਲੜਕਾ ਹੈ ਉਹਦੀ ਕੋਈ ਲੜਾਈ ਝਗੜਾ ਹੋਇਆ ਸੀ ਕਿਸੇ ਦੇ ਨਾਲ, ਉਹਦੇ ਵਿੱਚ ਉਹਦੇ ਲੜਕੇ ਨੂੰ 17 ਤਰੀਕ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 2 ਮਹੀਨੇ ਪਹਿਲਾਂ ਇਹ ਝਗੜਾ ਹੋਇਆ ਸੀ, 17 ਤਰੀਕ ਨੂੰ ਪੁਲਿਸ ਨੇ ਉਸ ਨੂੰ ਅਰੈਸਟ ਕੀਤਾ ਸੀ, ਉਹਦੇ ਲੜਕੇ ਜਸਵਿੰਦਰ ਸਿੰਘ ਜੱਸੀ ਨੂੰ। ਤੇ ਜਿਹੜਾ ਜੱਸੀ ਜਦੋਂ ਇਹ ਪੁਲਿਸ ਰਿਮਾਂਡ ਦੇ ਉੱਤੇ ਹੈ, ਪੁਲਿਸ ਰਿਮਾਂਡ ਦੇ ਉੱਪਰ ਜਿਹੜਾ ਜਦੋਂ ਇਹ ਮਿਲਣ ਗਏ ਉਸ ਨੂੰ, ਤਾਂ ਜਿਹੜਾ ਉੱਥੇ ਤਫਤੀਸ਼ੀ ਥਾਣੇਦਾਰ ਹੈ ਹਰਦੀਪ ਸਿੰਘ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਮੇਰੇ ਨਾਲ ਗੱਲਬਾਤ ਕਰੋ, ਤੁਸੀਂ ਮੇਰੀ ਅਗਰ ਜੇ ਸੇਵਾ ਪਾਣੀ ਕਰੋਗੇ ਤਾਂ ਮੈਂ ਇਹਨੂੰ ਰਿਲੈਕਸੇਸ਼ਨ ਦਊਂਗਾ, ਉਹਦੇ ਵਿੱਚ ਨਾ ਇਹਦੀ ਕੁੱਟਮਾਰ ਕਰੂੰਗਾ, ਨਾ ਇਹਦੇ ਖਿਲਾਫ ਕੋਈ ਮੈਂ ਹੋਰ ਕਿਸੇ ਮੁਕੱਦਮੇ ਚ ਇਹਨੂੰ ਨਾਮਜ਼ਦ ਕਰੂੰਗਾ, ਇਹਦੀ ਜਿਹੜੀ ਮੁਕੱਦਮੇ ਦੀ ਜਿਹੜੀ ਤਫਤੀਸ਼ ਹੈ ਉਹਦੇ ਵਿੱਚ ਵੀ ਕੋਈ ਫਾਇਦਾ ਹੋ ਸਕਿਆ ਉਹ ਵੀ ਕਰਾਂਗਾ, ਇਹਨੂੰ ਤੁਸੀਂ ਖੁੱਲ ਕੇ ਮਿਲ ਸਕਦੇ ਹੋ ਇੱਥੇ ਜਿੰਨਾ ਚਿਰ ਪੁਲਿਸ ਰਿਮਾਂਡ ਦੇ ਵਿੱਚ ਹੈ, ਇਹ ਕੁਝ ਤਾਂ ਹੀ ਹੋਊਗਾ ਜੇ ਤੁਸੀਂ ਮੈਨੂੰ 15,000 ਰੁਪਏ ਰਿਸ਼ਵਤ ਦੇ ਰੂਪ ਵਿੱਚ ਦਵੋਗੇ। ਇਸ ਨੇ ਉਸ ਵੇਲੇ ਭਾਨ ਸਿੰਘ ਨੇ ਉਹਦੇ ਨਾਲ ਵਾਅਦਾ ਕਰਕੇ ਉਥੋਂ ਆ ਗਿਆ, ਉਹ ਮੇਰੇ ਕੋਲ ਅੱਜ ਪੈਸੇ ਨਹੀਂ, ਮੈਂ ਪੈਸੇ ਦਾ ਇੰਤਜ਼ਾਮ ਕਰਕੇ ਤੁਹਾਨੂੰ ਇਹ ਪੈਸੇ ਦੇ ਦਿਆਂਗਾ। ਲੇਕਿਨ ਉਸ ਤੋਂ ਬਾਅਦ ਫੇਰ ਜਿਹੜਾ ਥਾਣੇਦਾਰ ਹੈ ਉਸ ਨੂੰ ਫੋਨ ਕਰਕੇ ਵਾਰ ਵਾਰ ਪੈਸੇ ਦੇਣ ਲਈ ਕਹਿ ਰਿਹਾ ਸੀ ਵੀ ਜਾਂ ਤਾਂ ਮੈਨੂੰ ਪੈਸੇ ਦੇ ਇਹ ਹੁਣੇ ਆ ਕੇ, ਨਹੀਂ ਤਾਂ ਮੈਂ ਪੁਲਿਸ ਰਿਮਾਂਡ ਲੈਣ ਲੱਗਿਆ, ਨਹੀਂ ਤਾਂ ਇਹਨੂੰ ਮੈਂ ਛਿੱਲ ਕੇ ਰੱਖ ਦੂੰਗਾ, ਉਹ ਕਰ ਦੂੰਗਾ, ਉਹ ਕਰ ਦੂੰਗਾ। ਤਾਂ ਜਿਸ ਤੇ ਇਹਨੇ ਮਦਈ ਨੇ ਸਾਡੇ ਕੋਲ ਆ ਕੇ ਸ਼ਿਕਾਇਤ ਕੀਤੀ, ਅੱਜ ਇਹਦਾ ਬਿਆਨ ਲਿਖਿਆ ਗਿਆ। ਫਿਰ ਸਾਡਾ ਥਾਣੇਦਾਰ ਜਿਹੜੇ ਇੰਸਪੈਕਟਰ ਨੇ ਸੁਖਵਿੰਦਰ ਸਿੰਘ, ਉਹਨਾਂ ਦੀ ਅਗਵਾਈ ਦੇ ਵਿੱਚ ਟਰੈਪ ਲਗਾਇਆ ਗਿਆ ਤੇ ਉਸ ਨੂੰ ਰੰਗੇ ਹੱਥੀ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਜਿਹੜੀ 10,000 ਰੁਪਏ ਦੀ ਰਿਸ਼ਵਤ ਹੈ ਜਿਹੜੀ ਉਹਨੇ ਲਈ ਸੀ ਮਦਈ ਦੇ ਕੋਲੋਂ, ਉਹ ਬਰਾਮਦ ਕਰ ਲਈ ਗਈ ਹੈ। ਇਸ ਮੌਕੇ ਜਿਹੜੇ ਸਰਕਾਰੀ ਗਵਾਹ ਸੀ ਸਾਡੇ, ਇਹ ਰਾਜੀਵ ਗੋਇਲ ਨੇ ਸਹਾਇਕ ਕੰਟਰੋਲਰ ਵਿੱਤ ਤੇ ਲੇਖਾ ਦਫ਼ਤਰ ਫੂਡ ਐਂਡ ਸਪਲਾਈ ਲੁਧਿਆਣਾ, ਦੂਸਰੇ ਸੀ ਇਹ ਮਨੀਸ਼ ਪੋਰਸ, ਇਹ ਵੈਟਨਰੀ ਅਫਸਰ ਨੇ, ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਸਾਰੀ ਕਾਰਵਾਈ ਹੋਈ ਹੈ। ਇਹ ਸ਼ਿਮਲਾਪੁਰੀ ਥਾਣੇ ਦੇ ਵਿੱਚ ਇਹ 15,000 ਰੁਪਏ ਮੰਗ ਰਿਹਾ ਸੀ, ਫਿਰ ਇਹ ਕਹਿੰਦਾ ਤੁਸੀਂ ਕੁਸ਼ਚਨ ਜਿੰਨੇ ਵੀ ਹੈਗੇ ਤੁਹਾਡੇ ਕੋਲੇ, 10,000 ਤੇ ਆ ਗਿਆ।